ਦੋਸਤੋ ਪੰਜਾਬ ਵਿੱਚ ਅੱਜ ਇੱਕ ਹੋਰ 8ਵੀਂ ਅਤੇ 10ਵੀਂ ਦੇ ਬੇਸ ਤੇ ਬਹੁਤ ਹੀ ਵਧੀਆ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਗਿਆ ਜੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਪੂਰਾ ਡਿਟੇਲਸ ਦੱਸਾਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੇਕਰ ਦੋਸਤੋ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਸਰਕਾਰੀ ਨੌਕਰੀ ਦੀ ਜਾਣਕਾਰੀ ਜੋ ਪੰਜਾਬ ਸਟੇਟ ਵਿੱਚ ਆਉਣ ਵਾਲੀ ਹੈ ਸਭ ਤੋਂ ਪਹਿਲਾਂ ਪਾਉਣ ਲਈ ਚਲੋ ਦੋਸਤੋ ਅੱਜ ਦਾ ਵੀਡੀਓ ਸ਼ੁਰੂ ਕਰਦੇ ਹਾਂ ਪੰਜਾਬ ਡੀਸੀ ਦਫ਼ਤਰ ਭਰਤੀ 2021 ਪੋਸਟਾਂ ਨੇ ਜੀ ਚਪੜਾਸੀ ਅਤੇ ਪ੍ਰੋਸੈਸ ਸਰਵਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਯੋਗਤਾ ਜੀ 8ਵੀਂ 10ਵੀਂ ਜੇ ਤੁਸੀਂ ਪਾਸ ਕੀਤੀ ਆ ਬਿਲਕੁਲ ਨਵੇਂ ਉਮੀਦਵਾਰ ਹੋ ਤਾਂ ਅਪਲਾਈ ਕਰ ਸਕਦੇ ਹੋ ਜੀ ਸਾਰੇ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਇਹਨਾਂ ਪੋਸਟਾਂਾਂ ਲਈ ਅਪਲਾਈ ਕਰ ਸਕਣਗੇ ਚਲੋ ਦੋਸਤੋ ਆਪਾਂ ਚੱਲਦੇ ਆਂ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਕਰਨਾ ਚਾਹੁੰਨਾ ਜੀ ਵੀਡੀਓ ਚੰਗਾ ਲੱਗਿਆ ਲਾਈਕ ਸ਼ੇਅਰ ਜੁੜ ਕਰਿਓ ਜੀ ਦੋਸਤੋ ਇਹਨਾਂ ਪੋਸਟਾਂ ਲਈ ਅਪਲਾਈ ਜੋ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਜੀ ਦੋਸਤੋ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਮੈਂ ਆਪਣੇ ਟੈਲੀਗ੍ਰਾਮ ਗਰੁੱਪ ਜਾਂ ਫਿਰ ਵਟਸਐਪ ਗਰੁੱਪ ਵਿੱਚ ਦੇ ਦਵਾਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ ਲੈਣਾ ਜੀ ਪੜਨ ਤੋਂ ਬਾਅਦ ਤੁਸੀਂ ਫਿਲਪ ਕਰਕੇ ਆਪਣੇ ਡਾਕੂਮੈਂਟਸ ਸਾਰੇ ਇਹਦੇ ਨਾਲ ਲਗਾ ਕੇ ਕਿਵੇਂ ਤੁਸੀਂ ਭੇਜੋਗੇ ਔਰ ਕਿਹੜੇ ਐਡਰੈਸ ਤੇ ਭੇਜੋਗੇ ਪੂਰਾ ਡਿਟੇਲਸ ਦੱਸਾਂਗਾ ਪਹਿਲਾਂ ਆਪਾਂ ਐਪਲੀਕੇਸ਼ਨ ਫਾਰਮ ਨੂੰ ਫਿਲਪ ਕਰ ਲੈਣੇ ਆ ਜੀ ਸਭ ਤੋਂ ਪਹਿਲਾਂ ਕਿਸ ਪੋਸਟ ਲਈ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਜੀ ਉਹ ਪੋਸਟ ਦਾ ਇੱਥੇ ਨਾਮ ਲਿਖ ਦੇਣਾ ਜੀ ਪੋਸਟਾਂ ਦੋ ਨੇ ਜੀ ਪ੍ਰੋ ਆਪਣੇ ਪਿਤਾ ਜੀ ਦਾ ਨਾਮ ਡੇਟ ਆਫ ਬਰਥ ਕੁਆਲੀਫਿਕੇਸ਼ਨ ਕੈਟਾਗਰੀ ਕਿਸ ਕੈਟਾਗਰੀ ਨਾਲ ਤੁਸੀਂ ਬਿਲੋਂਗ ਕਰਦੇ ਹੋ ਉਹ ਕੈਟਾਗਰੀ ਤੁਸੀਂ ਇਹਦੇ ਮੈਂਸ਼ਨ ਕਰ ਦੇਣੀ ਹੈ ਜੀ ਇੱਥੇ ਤੁਸੀਂ ਆਪਣਾ ਪਰਮਾਨੈਂਟ ਐਡਰੈਸ 6 ਅਰ 7 ਨੰਬਰ ਵਿੱਚ ਜੇ ਤੁਹਾਡਾ ਦੋਨਾਂ ਚੋ ਸੇਮ ਹੈ ਤਾਂ ਤੁਸੀਂ ਸੇਮ ਕਰ ਦੇਣਾ ਜੀ ਇੱਥੇ ਤੁਸੀਂ ਇੰਡੀਅਨ ਮੈਂਸ਼ਨ ਕਰ ਦੇਣਾ ਜੀ ਕਿਹੜੇ ਕਿਹੜੇ ਡਾਕੂਮੈਂਟਸ ਤੁਸੀਂ ਦੇ ਨਾਲ ਲਗਾਉਂਗੇ ਉਹਨਾਂ ਦੀ ਲਿਸਟ ਤੁਸੀਂ ਇੱਥੇ ਮੈਂਸ਼ਨ ਕਰ ਦੇਣੀ ਹੈ ਜੀ ਉਹਦੇ ਬਾਅਦ ਤੁਸੀਂ ਆਪਣਾ ਮੋਬਾਈਲ ਨੰਬਰ ਜਾਂ ਟੈਲੀਫੋਨ ਨੰਬਰ ਜਾਂ ਈਮੇਲ ਆਈਡਿ ਲਿਖਣਾ ਨਾ ਭੁੱਲਿਓ ਇਹ ਬਹੁਤ ਹੀ ਜ਼ਰੂਰੀ ਹੈ ਜੀ ਇਹ ਪੱਕਾ ਲਿਖੋ ਠੀਕ ਹੈ ਜੀ ਉਹਦੇ ਬਾਅਦ ਤੁਸੀਂ ਇੱਥੇ ਆਪਣੇ ਸਿਗਨੇਚਰ ਕਰਕੇ ਭੇਜ ਦੇਣਾ ਜੀ ਦੋਸਤੋ ਐਡਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਠਾਨਕੋਟ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਤਾ ਗਿਆ ਜੀ ਦੋਸਤੋ ਅਪਲਾਈ ਕਰਨ ਲਈ ਤੁਹਾਨੂੰ ਇੱਕ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਐਪਲੀਕੇਸ਼ਨ ਫਾਰਮ ਦਾ ਲਿੰਕ ਤੁਸੀਂ ਮੇਰੇ ਟੈਲੀਗ੍ਰam ਗਰੁੱਪ ਵਿੱਚੋਂ ਪ੍ਰਾਪਤ ਕਰ ਸਕਦੇ ਹੋ ਜੀ ਜਾਂ ਫਿਰ WhatsApp ਗਰੁੱਪ ਵਿੱਚੋਂ ਵੀ ਪ੍ਰਾਪਤ ਕਰ ਸਕਦੇ ਹੋ ਜੀ ਦੋਸਤੋ ਐਪਲੀਕੇਸ਼ਨ ਫਾਰਮ ਨੂੰ ਚੰਗੀ ਤਰ੍ਹਾਂ ਤੁਸੀਂ ਫਿਲਪ ਕਰ ਲੈਣਾ ਜੀ ਫਿਲਪ ਕਰਨ ਤੋਂ ਬਾਅਦ ਅਟੈਸਟਡ ਕਾਪੀਜ਼ ਆ ਔਰ ਐਕਸਪੀਰੀਅੰਸ ਦੇ ਤੁਹਾਡੇ ਡਾਕੂਮੈਂਟਸ ਤਾਜ਼ੀਆਂ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਆਦੀ ਸਾਰਾ ਕੁਝ ਦੇ ਨਾਲ ਲਗਾ ਕੇ 22 2021 ਸ਼ਾਮ 5 ਵਜੇ ਤੱਕ ਤੁਸੀਂ ਭੇਜ ਦੇਣਾ ਜੀ ਐਡਰੈਸ ਪਰਮਿਸ਼ਨ ਕੀਤਾ ਗਿਆ ਇਸ ਐਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ ਭੇਜ ਦੇਣੇ ਨੇ ਜੀ ਪੋਸਟਾ ਨੇ ਜੀ ਪ੍ਰੋਸੈਸ ਸਰਵਰ ਅਤੇ ਚਪੜਾਸੀ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਪੋਸਟਾ ਨੇ ਜੀ ਗਰੁੱਪ ਡੀ ਦੀਆਂ ਪੋਸਟਾਂ ਦੀ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਨੰਬਰ 1 ਜੀ ਪ੍ਰੋਸੈਸ ਸਰਵਰ ਦੀਆਂ ਪੋਸਟਾਂ ਨੇ ਜੀ ਪੋਸਟ ਹੈ ਜੀ 1 ਪੇਸਕੇਲ ਹੈ ਜੀ 10680 ਰੁਪਏ 1800 ਰੁਪਏ ਗ੍ਰੇਡ ਪੇਤੀ ਜਾਵੇਗੀ ਯੋਗਤਾ ਜੀ 10ਵੀਂ ਤੁਸੀਂ ਪਾਸ ਕੀਤੀ ਹੈ ਪੰਜਾਬੀ ਅਤੇ ਹਿੰਦੀ ਦੀ ਤੁਹਾਨੂੰ ਨੌਲੇਜ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਉਮਰ ਸੀਮਾ ਜੀ 18 ਤੋਂ ਲੈ ਕੇ 35 ਸਾਲ ਦੇ ਵਿੱਚ ਥੋੜੀ ਏਜ ਹੋਣੀ ਜ਼ਰੂਰੀ ਹੈ ਜੀ ਪੋਸਟ ਨੰਬਰ 2 ਜੀ ਚਪੜਾਸੀ ਦੀ ਪੋਸਟ ਹੈ ਜੀ ਪੋਸਟ ਨੰਬਰ ਜੀ 3 ਪੇਸਕੇਲ ਹੈ ਜੀ 10680 ਰੁਪਏ 1650 ਰੁਪਏ ਗ੍ਰੇਡ ਪੇਤੀ ਜਾਵੇਗੀ ਯੋਗਤਾ ਜੀ 8ਵੀਂ ਤੁਸੀਂ ਪਾਸ ਕੀਤੀ ਔਰ ਪੰਜਾਬੀ ਦੀ ਤੁਹਾਨੂੰ ਨੌਲੇਜ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਉਮਰ ਸੀਮਾ ਜੀ 18 ਤੋਂ ਲੈ ਕੇ 35 ਸਾਲ ਦੇ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਜਦੋਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰੋਗੇ ਜੀ ਇੱਕ ਐਨਵਲੋਪ ਲਓਗੇ ਉਹਦੇ ਉੱਪਰ ਤੁਸੀਂ ਲਿਖਣਾ ਜੀ ਐਪਲੀਕੇਸ਼ਨ ਫਾਰ ਦੀ ਪੋਸਟ ਭਈ ਕਿਸ ਪੋਸਟ ਲਈ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਜੀ ਉਹ ਪੋਸਟ ਦਾ ਤੁਸੀਂ ਇੱਥੇ ਨਾਮ ਲਿਖ ਦੇਣਾ ਜੀ ਬੜੇ ਅਕਸਰਾਂ 'ਚ ਲਿਖਣਾ ਜੀ ਉੱਪਰਲੀ ਸਾਈਡ ਵਿੱਚ ਉਹਦੇ ਬਾਅਦ ਜਿਹੜੀਆਂ ਪੋਸਟਾਂ ਨੇ ਉਹਨਾਂ ਦਾ ਇੰਟਰਵਿਊ ਦਾ ਸ਼ਡਿਊਲ ਕੁਸ਼ਿਸ਼ ਪ੍ਰਕਾਰ ਹੋਵੇਗਾ ਜੀ ਕੋਸਟੈਂਸੀ ਪ੍ਰੋਸੈਸ ਸਰਵਰ ਅਤੇ ਚਪੜਾਸੀ ਦੀਆਂ ਇਹ ਤੋਂ ਲੈ ਕੇ ਜੇ ਤੱਕ ਦੇ ਜੋ ਉਮੀਦਵਾਰ ਨੇ ਉਹਨਾਂ ਦਾ ਇੰਟਰਵਿਊ ਹੋਵੇਗਾ ਜੀ 24/2/2021 ਨੂੰ ਕ ਤੋਂ ਲੈ ਕੇ ਆਰ ਤੱਕ ਦੇ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਦਾ ਇੰਟਰਵਿਊ ਹੋਵੇਗਾ ਜੀ 25/2/2021 ਨੂੰ ਇਸ ਤੋਂ ਲੈ ਕੇ ਜੈਡ ਤੱਕ ਦੇ ਜੋ ਉਮੀਦਵਾਰ ਨੇ ਉਹਨਾਂ ਦਾ ਇੰਟਰਵਿਊ ਹੋਵੇਗਾ ਜੀ 26/2/2021 ਨੂੰ ਉਹਨਾਂ ਦਾ ਇੰਟਰਵਿਊ ਹੋਵੇਗਾ ਜੀ ਦੋਸਤੋ ਜਦੋਂ ਤੁਸੀਂ ਇੰਟਰਵਿਊ ਅਟੈਂਡ ਕਰਨ ਲਈ ਜਾਣਾ ਜੀ ਆਪਣੇ ओरिजिनल ਡਾਕੂਮੈਂਟਸ ਲੈ ਕੇ ਜਾਣਾ ਜ਼ਰੂਰੀ ਹੋਵੇਗਾ ਜੀ ਦੋਸਤੋ ਇੰਟਰਵਿਊ ਦਾ ਟਾਈਮ ਹੈ ਜੀ ਸਵੇਰੇ 10 ਵਜੇ ਦਾ 10 ਵਜੇ ਤੋਂ ਪਹਿਲਾਂ ਤੁਸੀਂ ਰਿਪੋਰਟ ਕਰ ਦੇਣੀ ਜੀ ਆਪਣੇ ओरिजिनल ਡਾਕੂਮੈਂਟਸ ਦੇ ਨਾਲ ਦੋਸਤੋ ਪ੍ਰੋਸੈਸ ਸਰਵਰ ਤੇ ਚਪਲਾਸੀ ਦੀਆਂ ਪੋਸਟਾਂ ਦੀ ਗਿਣਤੀ ਨੂੰ ਘਟਾਇਆ ਵਧਾਇਆ ਵੀ ਜਾ ਸਕਦਾ ਜੀ ਦੋਸਤੋ ਇਹਨਾਂ ਪੋਸਟਾਂ ਨੂੰ ਪੋਸਟਪੌਨਡ ਜਾਂ ਕੈਨਸਲ ਕਰਨ ਦਾ ਪੂਰਾ ਅਧਿਕਾਰ ਡਿਪਾਰਟਮੈਂਟ ਕੋਲ ਰੱਖਵਾ ਹੋਵੇਗਾ ਦੋਸਤੋ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ٹی ਏ ਡੀ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਦੋਸਤੋ ਇਹ ਸੀ ਮੇਨ ਜਾਣਕਾਰੀ ਉਮੀਦਵਾਰਾਂ ਮੇਰੇ ਦਰਵਾਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਉਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ